ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਝਟੀਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕਟੀ। ਵਾਹਿਗੁਰੂ ਜੀ ਕਬਿਤ ਨੂਰ ਸ਼ਾਹ ਸੁਨ ਨਿਜ ਸੀਸ ਧੁਨ ਪੰਨਿਓ ਪੁੰਨ ਜਾਣਿਓ ਮਨ ਮਾਹੀ ਇਹ ਚੇਟ ਕੀ ਫਕੀਰ ਹੈ ਮੰਤਰ ਕੋ ਅਲਾਵਤ ਸੁਨਾਵਤ ਛਲਤ ਮੋਹੇ ਹੋਨਾ ਪਤਿਆਵੋ ਇਹ ਗਾਡੋਈ ਅਪੀਰ ਹੈ ਨੂਰ ਸ਼ਾਹ ਸੁਨ ਨਿਜ ਸੀਸ ਧੁਨ ਪੰਨਿਓ ਪੁੰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਸੰਗੀ ਪ੍ਰੇਮੀਓ ਆਪ ਗੁਰੂ ਦਰਬਾਰ ਦੇ ਅੰਦਰ ਸਾਰੇ ਸੁਸ਼ੋਭਿਤ ਹੋ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਕਿ ਸਵਾਸ ਸਵਾਸ ਵਾਹਿਗੁਰੂ ਦਾ ਜਾਪ ਜਪਣਾ ਚਾਹੀਏ। ਆਗਿਆ ਤੋਂ ਹੈ ਜਪਣ ਦੀ, ਜਪਦੀ ਰਸਨਾ ਹੈ ਔਰ ਸਿਮਰਨ ਮਨ ਕਰਦਾ। ਬਹੁਤ ਵਾਰੀ ਇਸ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ, ਰਸਨਾ ਜ਼ਰੂਰ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ ਪਰ ਮਨ ਬਿਰਤੀ ਪਦਾਰਥਾਕਾਰ ਹੋ ਰਹੀ ਹੁੰਦੀ। ਜਾਪ ਉਸ ਵਿਅਕਤੀ ਦਾ ਜਪਿਆ ਜਾਂਦਾ ਹੈ ਜਿਹਦੇ ਨਾਲ ਆਪਣਾ ਹਿੱਤ ਹੈ। ਹਿੱਤ ਕਿਸਦੇ ਨਾਲ ਹੈ ਆਪਣਾ? ਜਿਹਦੇ ਕੋਲੋਂ ਸੁੱਖ ਪ੍ਰਾਪਤ ਹੋਵੇ। ਔਰ ਸੁੱਖ ਨੂੰ ਕੌਣ ਅਨੁਭਵ ਕਰਦਾ ਹੈ? ਆਪਣਾ ਮਨ ਅਨੁਭਵ ਕਰਦਾ ਹੈ। ਸੁੱਖ ਦੁੱਖ ਨੂੰ ਮਹਿਸੂਸ ਕਰਨਾ ਇਹ ਮਨ ਦਾ ਕੰਮ ਹੈ। ਸੁੱਖ ਦਾ ਸਰੂਪ ਕੀ ਹੋਇਆ ਬਈ? ਸੁੱਖ ਐਸੀ ਕੋਈ ਸਥੂਲ ਵਸਤੂ ਨਹੀਂ ਜਿਹੜੀ ਆਪਣੇ ਦੂਜੇ ਦੇ ਹੱਥ 'ਚ ਪਕੜਾ ਦੀ ਲੈ ਵੀ ਆਹ ਲੈ ਸੁੱਖ। ਸੁੱਖਾਂ ਵਿੱਚ ਵੀ ਅੰਤਰਾ ਹੈ, ਭੋਗੰ ਤਾਂ ਰੋਗੰ, ਸਾਰੀ ਸ੍ਰਿਸ਼ਟੀ ਹੈ ਜਿਹੜੀ। ਕਿਉਂ? ਜਿਤਨੇ ਸੁੱਖ ਤੁਸੀਂ ਭੋਗਦੇ ਹੋ ਉਹ ਪਦਾਰਥਾਂ ਨਾਲ ਸੰਬੰਧਿਤ ਹਨ। ਦੇਖਣ ਦਾ, ਸੁਣਨ ਦਾ, ਰਸਨਾ ਨਾਲ ਪਦਾਰਥਾਂ ਨੂੰ ਚੱਖਣ ਦਾ, ਇਹ ਸੁੱਖ ਨੇ। ਪਰ ਇਹ ਸੁੱਖ ਨੇ ਜਿਹੜੇ ਇਹ ਨਾਸ਼ਵੰਤ ਹਨ। ਜੇ ਇਹ ਸੁੱਖਾਂ ਵਿੱਚ ਹੀ ਸਫਲਤਾ ਹੋਵੇ ਤਾਂ ਆਪਾਂ ਸੰਗਤ ਜਾ ਕੇ ਵਾਹਿਗੁਰੂ ਦਾ ਨਾਮ ਨਾ ਕਦੇ ਵੀ ਜਪੀਏ, ਸੁੱਖ ਤਾਂ ਮਿਲਿਆ ਹੋਇਆ। ਇਸ ਕਰਕੇ ਇਹ ਜਿਹੜੇ ਸੁੱਖ ਨੇ ਇਹ ਦੁੱਖਾਂ 'ਚ ਬਦਲ ਜਾਂਦੇ ਹਨ। ਸੋ ਪ੍ਰੇਮੀਓ, ਜਿਹੜਾ ਸੁੱਖ ਵਾਹਿਗੁਰੂ ਦੇ ਸਿਮਰਨ ਦੇ ਜਾਪ ਦੇ ਆਸਰੇ ਪ੍ਰਾਪਤ ਹੋਣਾ, ਉਹ ਸੁੱਖ ਅਵਿਨਾਸ਼ੀ ਹੈ। ਕੋਈ ਵਿਅਕਤੀ ਚਾਹੁੰਦਾ ਹੈ ਕਿ ਮੈਨੂੰ ਉਹ ਸੁੱਖ ਮਿਲੇ ਜਿਹੜਾ ਫਿਰ ਚਲਿਆ ਜਾਵੇ? ਨਹੀਂ, ਉਹ ਸੁੱਖ ਚਾਹੁੰਦੇ ਹਾਂ ਹੇ ਵਾਹਿਗੁਰੂ, ਇਹੋ ਜਿਹਾ ਸੁੱਖਾਂ ਦਾ ਸਮੁੰਦਰ ਬਖਸ਼ ਦੇ, ਅਸੀਂ ਮਾਰੀਏ ਚੁੱਭੀ, ਸਦਾ ਵਾਸਤੇ ਉਹਦਾ ਆਨੰਦ ਮਾਣਦੇ ਰਹੀਏ। ਐਸੇ ਸੁੱਖ ਦੀ ਪ੍ਰਾਪਤੀ ਅਰਥੇ ਹੀ ਮਹਾਰਾਜ ਜੀ ਦੀ ਆਗਿਆ ਹੈ, ਸਾਧ ਸਾਧ ਸਿਮਰੋ ਗੋਬਿੰਦ। ਗੋਬਿੰਦ ਦਾ ਸਿਮਰਨ ਤੁਹਾਨੂੰ ਸੁੱਖ ਕਿਵੇਂ ਦੇਵੇਗਾ? ਕੋਈ ਪਦਾਰਥ ਤਾਂ ਹੈ ਨਹੀਂ ਵੀ ਰਸਨਾ ਦੇ ਨਾਲ ਤੁਸੀਂ ਛੋਹ ਲਿਆ, ਮਿੱਠੇ ਖੱਟੇ ਦਾ ਸਵਾਦ ਲੈ ਲਿਆ,
मन अंतर की उतरे चिंद, किसे दा मन ऐसा है जिदे अंदर चिंता नहीं, किसे दा मन ऐसा है जिदे अंदर चितवनी नहीं, हर वेले चितवदा रहेगा। की चितवदा है कि दुख परे हो जान, सुख प्राप्त हो जावे, और सुखां नूं पदार्थां विचों भालदा है। जो झाड़ मिर्ग भाले, सारे सूझवान व्यक्ति जानदे हन कि मिर्ग दी नाभी विच कस्तूरी होया करदी है, लेकिन उहनूं कोई ज्ञान नहीं कि मेरी धुन्नी दे विच कस्तूरी है, बड़ा अमोलक पदार्थ है। जदों अचन चेत उहदी पिठ हवा वल नूं हो जावे, जिधरों हवा आउंदी है तां स्पर्श करके उहदी धुन्नी नूं, हवा उहदियां नासकां वल नूं जदों आउंदी है, उहनूं आनंद आउंदा सुगंधी दा। इधर उधर तकदा है वी इह ऐसी सुगंधी कित्थों आ रही है, उह फिर झाड़ां नूं सुंघदा फिरदा। जद झाड़ां नूं सुंघदा है इधर उधर, जदों हवा वल मूंह हो जांदा, उहनूं हट जांदी है सुगंधी, फिर उह उस सुगंधी दा चाहवान हो के इधर उधर नठदा है, दौड़ दौड़ के थक के झाड़ विच ना सिंघ फसा के खड़ जांदा कि इत्थों सुगंधी आउंदी है, पिठ हुंदी है हवा वल। उहनूं इह कोई पता नहीं कि मेरी धुन्नी विच इक अमोलक पदार्थ है, उहदी वाशना है। ਉਹ ਭੁੱਲਿਆ ਹੋਇਆ, ਭ੍ਰਾਂਤੀ ਦੇ ਅਧੀਨ ਹੋਇਆ ਹੋਇਆ ਮਿਰਗ, ਉਹ ਝਾੜ ਵਿੱਚੋਂ ਸਮਝਦਾ ਕਿ ਇਹਦੇ ਵਿੱਚੋਂ ਸੁਗੰਧੀ ਆ ਰਹੀ ਹੈ। ਜੇ ਉਹਨੂੰ ਬੋਧ ਹੋਵੇ, ਗਿਆਨ ਹੋਵੇ ਕਿ ਇਹ ਤਾਂ ਮੇਰੀ ਧੁੰਨੀ ਵਿੱਚ ਹੀ ਐਸਾ ਮੂਰਖ ਪਦਾਰਥ ਹੈ, ਤਾਂ ਮੌਜ ਨਾਲ ਬੈਠ ਜਾਵੇ, ਆਪਦੀ ਨਾਸਕਾ ਨੂੰ ਧੁੰਨੀ ਦੇ ਕੋਲੇ ਕਰ ਲਵੇ। ਪਰ ਨਹੀਂ, ਉਹਨੂੰ ਗਿਆਨ ਨਹੀਂ ਹੈ। ਅਸੀਂ ਵੀ ਮਿਰਗ ਨਾਲੋਂ ਘੱਟ ਨਹੀਂ, ਦੌੜ ਦੌੜ ਕੇ ਸਾਰੀ ਦੁਨੀਆਂ ਦੇ ਉੱਤੇ ਥੱਕ ਗਏ। ਉਹ ਝਾੜਾਂ ਚੋਂ ਸੁਗੰਧੀ ਸਮਝਦਾ, ਅਸੀਂ ਪਦਾਰਥਾਂ ਵਿੱਚੋਂ ਸੁੱਖ ਸਮਝਦੇ ਹਾਂ। ਸੁੱਖ ਨਾਮ ਮਨ ਕੀ ਇਕਾਗਰਤਾ ਕੋ ਜਾਣੀ ਹੈ, ਸੁੱਖ ਮਨ ਦੀ ਇਕਾਗਰਤਾ ਵਿੱਚ ਹੈ। ਮਨ ਦੀ ਇਕਾਗਰਤਾ ਸ਼ਬਦ ਦੇ ਆਸਰੇ ਜਿਹੜੀ ਹੋਣੀ ਹੈ, ਉਹ ਚਿਰਕਾਲ ਤੱਕ ਬਣੀ ਰਹੇਗੀ। ਪਦਾਰਥਾਂ ਦੇ ਨਾਲ ਸਤਸੰਗ ਜੀ ਮਨ ਦਾ ਸੰਬੰਧ ਪਾ ਕੇ ਉਹ ਇਕਾਗਰਤਾ ਚਿਰਕਾਲ ਨਹੀਂ ਰਹੇਗੀ। ਇਹ ਫਲ ਹੈ ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਉਹ ਚਿਤਵਣੀਆਂ ਖਤਮ ਹੋ ਜਾਣਗੀਆਂ, ਉਹ ਚਿੰਤਾ ਜਿਹੜੀ ਹਰ ਵੇਲੇ ਤੜਫਾ ਰਹੀ ਹੈ ਉਹ ਖਤਮ ਹੋ ਜਾਵੇਗੀ। ਹਰ ਧਨ ਕੇ ਭਰ ਲਿਓ ਭੰਡਾਰ, ਇਸ ਜੁਗਤੀ ਦੇ ਨਾਲ ਕੌਣ ਹੈ ਜਿਹੜਾ ਤੁਹਾਨੂੰ ਕੱਤਰ ਕਰਨਾ ਨਹੀਂ ਚਾਹੁੰਦਾ। ਸੁਖ ਨਾ ਹੀ ਬਹੁਤੇ ਤਨ ਖਾਟੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, ਸੁਖ ਨਾ ਹੀ ਬਹੁਤ ਦੇਸ਼ ਕਮਾਏ, ਸਰਵ ਸੁਖ ਹਰ ਹਰ ਗੁਣ ਗਾਏ। ਉਸੇ ਹਰੀ ਦਾ ਚਿੰਤਨ ਕਰਕੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਖਾਲਸਾ ਜੀ। ਐਸੀ ਅਵਰਤਮਈ ਬਾਣੀ, ਮਨਾ ਮੂੰਹ ਸੁਖ ਦੇ ਦੇਣ ਵਾਲੀ, ਸੁਖਮਣੀ ਸਾਹਿਬ ਉਸ ਦੀ ਪੌੜੀ ਦਾ ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਦੇ ਰਸਨਾ ਤੋਂ ਉਚਾਰ ਰਹੇ ਸਨ। ਉਹ ਅਮੋਲਕ ਰਸਨਾ ਹੈ ਜੋ ਗੁਰੂ ਦੇ ਜਾਪ ਨੂੰ, ਬਾਣੀ ਨੂੰ ਸਤਸੰਗ ਉਚਾਰਨ ਕਰਦੀ ਹੈ। ਸੋ ਪ੍ਰੇਮੀਓ, ਇਹ ਜਿਸ ਗੁਰਬਾਣੀ ਦੇ ਆਸਰੇ ਗੁਰੂ ਕਾ ਸਿੱਖ ਨਿਤਨੇਮ ਦੁਆਰਾ ਆਨੰਦ ਮਾਣਦਾ ਹੈ, ਕੀਰਤਨ ਦੁਆਰਾ ਆਨੰਦ ਮਾਣਦਾ ਹੈ, ਸਿਮਨ ਭਜਨ ਕਰਦਾ ਹੈ, ਇਹ ਕਿਹਦਾ ਪਰਉਪਕਾਰ ਹੈ? ਇਹ ਗੁਰੂ ਨਾਨਕ ਦੇਵ ਜੀ ਦਾ ਪਰਉਪਕਾਰ ਹੈ। ਕਦੇ ਕਿਰਤ ਘਣ ਨਾ ਬਣੀਏ, ਕਿਸੇ ਦੇ ਕੀਤੇ ਪਰਉਪਕਾਰ ਨੂੰ ਭੁੱਲੀਏ ਨਾ, ਬੋਲੇ ਹਾਰ ਜਾਈਏ ਕਲਯੁਗ ਦੇ ਸਮੇਂ ਦੇ ਅੰਦਰ। ਇਹ ਸਤਿਗੁਰੂ ਨਾਨਕ ਦੇਵ ਜੀ ਆਪਨੇ ਡਾਢਾ ਤਰਸ ਕੀਤਾ ਹੈ, ਜਸਾਂ ਦਸਾਂ ਰੂਪਾਂ ਵਿੱਚ ਵਰਤ ਕੇ ਆ ਸਾਡੇ ਦ੍ਰਿਸ਼ਟੀ ਗੋਚਰ ਗੁਰਬਾਣੀ ਕਰ ਦਿੱਤੀ ਹੈ। ਗੁਰਬਾਣੀ ਦੇ ਆਸਰੇ ਗੁਰਸਿੱਖ ਜਾਪ ਜਪਦਾ ਹੈ, ਸਿਮਨ ਕਰਦਾ ਹੈ, ਤਾਂ ਉਧਰ ਜਾਂਦਾ ਹੈ। ਐਸੇ ਪਰਉਪਕਾਰੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਕਥਾ
ਆਪਾਂ ਕੁਝ ਦਿਨਾਂ ਤੋਂ ਵਿਚਾਰ ਰਹੇ ਹਾਂ। ਬੋਲੇ ਹਰ ਜਾਈਏ ਸਤਿਗੁਰੂ ਜੀ ਤੋਂ, ਆਪ ਕੀ ਗ੍ਰਸਤੀ ਨਹੀਂ ਹਨ, ਕੀ ਨੰਗ ਮਲੰਗ ਨੇ, ਘਰ ਵਿੱਚ ਕੋਈ ਦੁੱਖ ਸੀ, ਘਰ ਕਿਉਂ ਤਿਆਗਿਆ, ਪਰਉਪਕਾਰ ਅਰਥੇ ਤਿਆਗਿਆ ਹੈ, ਥਾਂ ਥਾਂ ਵਿਚਰਦੇ, ਖੰਡਾਂ ਬ੍ਰਹਮੰਡਾਂ ਜਿੱਥੇ ਜਿੱਥੇ ਵਿਚਰੇ ਸਭ ਦਾ ਭਲਾ ਹੀ ਕੀਤਾ ਹੈ। ਸੂਰਜ ਚੜ੍ਹਦਾ ਹੈ ਰੋਜ਼, ਕਿਹਦੇ ਵਾਸਤੇ ਬਈ, ਉਹਨੂੰ ਕੋਈ ਲੋੜ ਹੈ ਦੁਨੀਆਂ ਨੂੰ ਚਾਨਣ ਦੇਣ ਵਾਸਤੇ, ਪਰਉਪਕਾਰ ਕਰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਗਿਆਨ ਦਾ ਪ੍ਰਕਾਸ਼ ਕਰਦੇ ਹਨ। ਆ ਦੁਨੀਆਂ ਦੇ ਪ੍ਰਕਾਸ਼ ਤੱਕਦੇ ਹੋ, ਸਾਰਿਆਂ ਸਮਿਆਂ 'ਚ ਸੁੱਖ ਦੇਣ ਵਾਲੇ ਨਹੀਂ। ਜਦੋਂ ਠੰਡ ਦੀ ਰੁੱਤ ਆਉਂਦੀ ਹੈ, ਉਹੀ ਸੂਰਜ ਦਾ ਸੇਕ ਆਪਾਂ ਨੂੰ ਸੁੱਖ ਦਿੰਦਾ ਹੈ। ਜਦੋਂ ਕਿਤੇ ਗਰਮੀ ਦੀ ਰੁੱਤ ਹੋ ਜਾਏ, ਉਦੋਂ ਉਹੀ ਤਪਸ਼ ਆਪਾਂ ਨੂੰ ਤੜਫਾ ਦਿੰਦੀ ਹੈ, ਨੱਠੇ ਜਾਂਦੇ ਹਾਂ ਚਾਵੇਂ ਨੂੰ। ਸੂਰਜ ਸਾਰੀਆਂ ਰੁੱਤਾਂ ਵਿੱਚ ਸੁੱਖ ਰੂਪ ਨਹੀਂ ਹੈ, ਲੇਕਿਨ ਗੁਰੂ ਸਾਹਿਬ ਦਾ ਜਿਹੜਾ ਗਿਆਨ ਦਾ ਪ੍ਰਕਾਸ਼ ਹੈ, ਸਾਰੀਆਂ ਰੁੱਤਾਂ ਦੇ ਅੰਦਰ ਹੀ ਸੁੱਖ ਦੇਣ ਵਾਲਾ ਹੈ। ਜਿਤਨੇ ਸੰਸਾਰ ਦੇ ਪਰਉਪਕਾਰੀ ਵਿਅਕਤੀ ਹਨ, ਸਭ ਤੋਂ ਉੱਤਮ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਰੂਪ ਹੈ। ਸਤ ਸੰਗਤ ਜੀ, ਆਪ ਜੀ ਪੂਰਬ ਦੇ ਇਲਾਕੇ ਦੇ ਜੀਵਾਂ ਨੂੰ ਉਤਾਰ ਰਹੇ ਨੇ, ਉਹ ਨੂਰ ਸ਼ਾਹ ਵਰਗੀਆਂ ਰਾਣੀਆਂ ਜਿਹੜੀਆਂ ਟੂਣਿਆਂ ਟਾਮਣਾਂ ਦੇ ਪ੍ਰਭਾਵ ਨੂੰ ਪਾ ਕੇ ਆਪਣੇ ਪਤੀਆਂ ਨੂੰ ਨੱਥੀ ਬੈਠੀਆਂ ਸੀ, ਭੈੜੇ ਚਾਰ ਸਨ, ਜਿਨ੍ਹਾਂ ਪ੍ਰਤੀ ਆਪ ਜੀ ਨੇ ਸੂਹੀ ਰਾਗਣੀ ਦੇ ਅੰਦਰ ਕੁਚੱਜੀ ਸੁਚੱਜੀ ਗੁਣਵੰਤੀ ਉਹਨਾਂ ਦੇ ਲਕਸ਼ਣ ਕੀਤੇ ਹਨ। ਕਿਉਂ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਮੁਖ ਪੰਥ ਅਤੀਤ, ਗੁਰਮੁਖਾਂ ਵਾਲਾ ਪੰਥ ਪ੍ਰਗਟ ਕੀਤਾ ਹੈ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਹੋਏ ਪੈਰੀ ਪਾਏ, ਆਪ ਵੀ ਘਰ ਵਾਰੀ ਹੋ ਕੇ ਵਰਤ ਕੇ ਦਿਖਾ ਦਿੱਤਾ। ਜਿੰਨੇ ਗ੍ਰਸਤੀ ਲੋਕ ਸੀ ਘਰ ਵਾਰੀ, ਉਹਨਾਂ ਨੂੰ ਚਰਨੀ ਲਾ ਕੇ ਤਾਰ ਦਿੱਤਾ ਹੈ। ਐਸੇ ਸਤਿਗੁਰਾਂ ਨੇ ਆਪਣੇ ਜੋ ਪੁੱਤਰ ਧੀਆਂ ਗੁਰਸਿੱਖ ਸਖੀਆਂ ਹਨ, ਉਹਨਾਂ ਨੂੰ ਐਸੀ ਅੰਮ੍ਰਿਤਮਈ ਬਾਣੀ, ਜਿਵੇਂ ਕਿਸੇ ਦੇ ਮੂੰਹ ਵਿੱਚ ਮਿਸਰੀ ਪਾਈ ਦੀ ਹੈ ਨਾ ਪਿਆਰ ਵਾਲੇ ਦੇ, ਐਂ ਆਪਣੇ ਮੁੱਖ ਵਿੱਚ ਆਪ ਜੀ ਨੇ ਮਿਸਰੀ ਨਾਲੋਂ ਵੀ ਅਧਿਕ ਆਨੰਦਦਾਇਕ ਇਹ ਗੁਰਬਾਣੀ ਗੁਰਸਿੱਖੋਂ ਪਾਈ ਹੈ। ਉਹ ਐਸੀਆਂ ਜਿਹੜੀਆਂ ਇਸਤਰੀਆਂ ਸੀ, ਉਹਨਾਂ ਨੂੰ ਜਾ ਕੇ ਉਪਦੇਸ਼ ਦੇਣਾ, ਕੱਲ ਆਪਾਂ ਸ਼ਬਦ ਵਿਚਾਰ ਚੁੱਕੇ ਹਾਂ। ਸੋ ਜਿਸ ਪ੍ਰਕਾਰ ਉਹਨਾਂ ਨੂੰ ਸਮਝ ਨਹੀਂ ਆਈ ਉਪਦੇਸ਼ ਦੀ, ਜਦੋਂ ਪ੍ਰਭਾਵ ਦੇਖਿਆ ਸਤਿਗੁਰਾਂ ਦੇ ਚਰਨਾਂ 'ਤੇ ਡਿੱਗੀਆਂ ਹਨ, ਔਰ ਨਾਲ ਹੀ ਸਿੱਖਿਆ ਨੂੰ ਪ੍ਰਾਪਤ ਕਰਨ ਵਾਸਤੇ ਬੇਨਤੀਆਂ ਕੀਤੀਆਂ, ਇਹ ਕਥਾ ਆ ਰਹੀ ਹੈ। ਆਓ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬਿਰਤੀ ਜੋੜੀਏ, ਬੇਨਤੀਆਂ ਕਰੀਏ, ਹੇ ਸੱਚੇ ਪਾਤਸ਼ਾਹ, ਆਪ ਦੀ ਅੰਮ੍ਰਿਤਮਈ ਕਥਾ ਦੁਆਰਾ, ਆਪ ਦੀ ਅੰਮ੍ਰਿਤਮਈ ਬਖਸ਼ਿਸ਼ ਕੀਤੀ ਸੱਚਖੰਡ ਚੋਂ ਲਿਆਂਦੀ ਹੋਈ ਗੁਰਬਾਣੀ ਦੁਆਰਾ, ਅਸੀਂ ਆਪਣੇ ਜੀਵਨ ਨੂੰ ਮਹਾਰਾਜ ਸਫਲਾ ਕਰ ਲਈਏ। ਇਹ ਸਾਡੇ ਮਨ ਦੇ ਅੰਦਰ ਪ੍ਰੇਰਨਾ ਬਖਸ਼ ਦਿਓ, ਸਾਡਾ ਜਨਮ ਸਫਲਾ ਹੋਵੇ। ਆਓ ਭਾਈ ਵਿਅਕਤੀਆਂ ਨੂੰ ਕਾਗਰ ਕਰੋ, ਜਿਸ ਪ੍ਰਕਾਰ ਨੂਰ ਸ਼ਾਹ ਜਿਹੜੀ ਰਾਣੀ ਹੈ, ਉਹ ਸਤਿਗੁਰਾਂ ਦੇ ਨਾਲ ਬਚਨ ਵਿਲਾਸ ਹੋ ਰਹੇ ਹਨ, ਕਥਾ ਆ ਰਹੀ ਹੈ ਸੁਣੋ। ਕਬਿਤ ਨੂਰ ਸ਼ਾਹੇ ਸੋਨਾ, ਜਿਸ ਵੇਲੇ ਇਹ ਗੁਰਬਾਣੀ ਸੁਣੀ, ਆਪ ਜੀ ਨੇ ਜੋ ਰਸਨਾ ਤੋਂ ਉਚਾਰਨ ਕੀਤੀ, ਬਾਣੀ ਤਾਂ ਸੁਣ ਲਈ ਪਰ ਸਮਝ ਨਹੀਂ ਕਿਤੇ ਸਿਖਾਲੀ ਹੈ ਬਾਣੀ, ਬਹੁਤ ਹੀ ਉੱਜਲ ਬਿਰਤੀ ਦੀ ਲੋੜ ਹੈ, ਬਹੁਤ ਹੀ ਪੁੰਨਾ ਦੀ ਪੂੰਜੀ ਦੀ ਲੋੜ ਹੈ, ਇਹਨੂੰ ਸਮਝ ਨਹੀਂ ਆਈ। ਇਹਨੇ ਗੁਰੂ ਕਿਹਾ ਸ਼ਬਦ ਜਦੋਂ ਸੁਣਿਆ, ਇਹਨੂੰ ਭ੍ਰਾਂਤੀ ਹੋ ਗਈ। ਨਿਜ ਸੀਸ ਧੁਨ ਭਨਿਓ ਪੋਨਾ, ਉਸ ਵੇਲੇ ਪਛਤਾਵਾ ਕਰਦੀ ਆ, ਆਪਣਾ ਸਿਰ ਹਿਲਾ ਕੇ ਲੱਗੀ ਕਹਿਣ, ਜਾਣਿਓ ਮਨ ਮਾਹੀ ਇਹ ਚਿੱਟ ਕੀ ਫਕੀਰ ਹੈ। ਮਨ ਵਿੱਚ ਕੀ ਜਾਵੇ ਵੀ ਇਹਦੇ ਚਿਟਕ ਲਾਉਣ ਵਾਲਾ ਕੋਈ ਮੰਤਰੀ ਹੈ, ਇਹ ਤਾਂ ਸਾਡੇ ਤੇ ਕੋਈ ਮੰਤਰ ਪੜ੍ਹਦਾ ਹੈ, ਇਉਂ ਨਹੀਂ ਪਤਾ ਇਹ ਕੌਣ ਹੈ। ਇਹਦਾ ਮੰਤਰ ਅਨੇਕਾਂ ਜੀਵਾਂ ਨੂੰ ਉਤਾਰ ਦੇਵੇਗਾ, ਡੋਬਣ ਵਾਲਾ ਨਹੀਂ ਹੈ।
बड़े दुनिया के मंत्र ने, कोई आतशी है, कोई वादी है, लेकिन गुरबाणी ऐसा मंत्र है किसी नूं डोबदा नहीं है, सारे नूं तारदा है। एक चिटक लाउण वाला कोई ये फकीर आ गया है मंत्र को अलावत, ये मंत्र पढ़दा साडे ते प्रभाव पाउंदा है, सुनावत छलत मोहे, कि मैनू छलना चाहुंदा है। राणी ने ए अनुभव कीता होना पते आमो, मैं नहीं इहदे ते भरोसा करदी, आपदे साथना नूं आपदियां नूं कहिंदी एहो गाढ़ो ही अपीर है, बड़ा तकड़ा है तां निरभय है, डरदा नहीं, पढ़े निज मंत्रण, ये अपने मंत्रा नूं पढ़दा है, अनेक लिख जंत्रण, इहने भी मंत्र पढ़े मुकाबले ते महाराज जी ने अमृतमयी बाणी पढ़ी है, सचखंड जो उतर रही है, ये ओही टूने टामना आले मंत्र पढ़दी है, ते जंत्र भी लिखे, तंत्र धागा आदि टूने भी कीते, करत बहु तंत्रन को, हां जी जाने ए गहीर है, बहुत जंत्र मंत्र तंत्र कीते, जान लिया कि मेरे नालों ए बली हन, बस न है चलियो को, जदो ना एदा जोर चलिया, हारी सब बेद सो, सारिया पखा तो हार खा गई नूर शाह जी राणी सी, लख्यो हृदय माहे, हृदय च जान लिया इसने, तब पीरन को पीर है, की जानिया के ता पीरां दे पीर हन, जगत गुरु गुरु नानक देव गुरसिख भी कदे भी भुलेखे च ना पैण, सिखां दे कल्ले गुरु गुरु नानक देव जी नहीं हन, जगत गुरु गुरु नानक देव जाहर पीर जगत गुरु बाबा, मुसलमाना दे पीर हिंदवासियां दे गुरु गुरु नानक देव साहिब जी हन। जे कोई सवाल करे क्यों नहीं फिर लोक मन दे वही, सिख क्यों कल्ले मनदे हन, जेड़े धार्मिक दायरे वाले बहुत सारे मुसलमान भी महाराज जी नूं पीर रूप करके पूजन करदे हन। जाके पुछो ओ बहावलपुरियां नूं, मुसलमानां नूं पीरां दा जिहड़ा स्थान है, जदों मारां कि असीं भाई उच्च दे पीरां दे पीर हां, उच्च नगर है बहावलपुर रियासत विच, उत्थे जिहड़े पीर जदों मक्के गए ने जारत नूं, गुरु नानक देव जी भी उत्थे पहुंचे सन, उन्हां ने गुरु नानक देव जी नूं पीर करके पूजन कीता सी, अज थाई उत्थे खड़ाम दी पूजा कर रहे हन अपने स्थान देते गुरु नानक देव जी। ओही स्वरूप सी दसवें जामे च गुरु गोबिंद सिंह साहिब जी, एवें नहीं कहा कि असीं उच्च दे पीरां दे पीर हां, जिहड़ा भेतर को जिहड़ा थोड़े उच्च दे पीर मन्ने आ ना, जिन्हां नूं तुसीं पूजदे हो, असीं उन्हां दे भी पीर हां। तो साध संगत जी, ऐसे सतगुरु जी आपदा प्रताप ना इसने समझिया, सवैया नागनी जो बिनता सुत को, दस्तार दिंदे हन नागा सप्पां दी ते गरड दी आपस विच ही स्पर्धा है, आपस विच ही बन नहीं आउंदी, गरड कदे नहीं सप्प नूं छड्डेगा जदे मार दिंदा है। इन्हां दी आदकाल तों सतसंग जी लड़ाई चली आ रही है, जिवें सपनी देख के बल खांदी है, नठदी है, जदों गरड आउंदा उड्या, डरपाव ते आपने जोर दिखावै, जे किते सतसंग जी सपनी डरावे फण चक के गरड नूं, उहदा कोई जोर नहीं चल सकदा है, मारी जावेगी। इसे तरह सपनी दी न्याई है, विशे जहर दी भरी होई नूरशाह सतगुरु जी नूं डराउणा चाहुंदी है, त्यों गुर सामूह मंत्रन को पढ़, त्यों अपने कच्चे पिल्ले मंत्र पढ़दी है हे सतगुरां दे सामने, भावन सो हिरदा बिरमावै, दूसरे पक्ष हाव भाव करके सतगुरां नूं पहुंचाउणा चाहुंदी है, हार कै जानत भी एह पूरन, जदों देखिया आप जी तो महाराज आप दे उत्ते तां की असर पैणा, अमृत भरी दृष्टि करके उन्हां दी विशियां दी जहर नूं मेटण वाले हन गुरु नानक देव जी, समझ गई कि संपूर्ण हन, पूरन दीन भई के गयावै, देर लाई दीन कहिंदे ने इच्छा भय संयुक्त होना, इच्छा होनी
ਕਿਸੇ ਸੋਹਣੇ ਪਦਾਰਥ ਦੀ ਜਾਂ ਮੁਕਤੀ ਦੀ ਭੈ ਹੋਣਾ ਜੰਮਣ ਮਰਨ ਦਾ ਉਹਨੂੰ ਦੀਨ ਕਹਿੰਦੇ ਹਨ। ਬੜੀ ਭਾਈ ਨਿਮਰਤਾ ਧਾਰ ਕੇ ਇਹ ਲੱਗੀਆਂ ਬੇਨਤੀ ਕਰਨ। ਭੇਵ ਤੁਮਾਰ ਨਾ ਜਾਣ ਸਕੀ ਹਾਂ, ਕਿਹਾ ਰਾਣੀ ਦੇ ਸਮੇਤ ਸਾਰੀਆਂ ਨੇ ਇਕੱਠੀਆਂ ਹੋ ਕੇ, ਹੇ ਗੁਰੂ ਨਾਨਕ ਦੇਵ ਜੀ, ਅਸੀਂ ਬਥੇਰੇ ਫਕੀਰ ਸਾਧੂ ਦੇਖੇ, ਤੁਹਾਡਾ ਭੇਤ ਨੀ ਅਸੀਂ ਪਾ ਸਕੀਆਂ। ਕੀਨ ਖਤਾਬ ਸੋ ਬਖਸ਼ਾਵੈ, ਜੋ ਅਸੀਂ ਨਿਰਾਦਰ ਕਰ ਬੈਠੀਆਂ, ਤੁਹਾਡੇ ਮੂਹਰੇ ਬੋਲਦੀਆਂ ਰਹੀਆਂ, ਤੁਹਾਡੇ ਉੱਤੇ ਟੂਣੇ ਟਾਮਣ ਵੀ ਕੀਤੇ, ਇਹ ਅਸੀਂ ਅਵੱਗਿਆ ਕਰ ਚੁੱਕੀਆਂ ਹਾਂ, ਸਾਨੂੰ ਬਖਸ਼ ਦਿਓ। ਮੰਦ ਮਤੀ ਤੁਮਰਾ ਇਨ ਮਾਨਵ, ਆਹ ਜਿਹੜੀ ਇਸਤਰੀ ਦੇ ਸਿਰ ਤੋਂ ਘੜਾ ਜੁੜਿਆ ਹੋਇਆ ਲਹਿੰਦਾ ਨੀ ਹੈ, ਇਹ ਮੰਦੀ ਮਤ ਵਾਲੀ ਇਸਤਰੀ ਹੈ, ਇਹਨੇ ਤੁਹਾਡਾ ਮਰਦਾਨਾ ਮੰਤਰਨ ਕੇ ਜਨ ਬੀਚ ਫਸਾਇਓ, ਮੰਤਰਾਂ ਚ ਫਸਾ ਕੇ ਭੇਡੂ ਬਣਾ ਕੇ ਘਰ ਬੰਨ ਲਿਆ। ਕੁੰਭ ਨਿਵਾਰ ਹੋਇਆ ਸਿਰ ਤੇ ਅਬ, ਕਿਰਪਾ ਕਰੋ ਤੁਸੀਂ ਇਸ ਨੂੰ ਸਜ਼ਾ ਦੇਣ ਵਾਸਤੇ ਪਾਣੀ ਦਾ ਭਰਿਆ ਹੋਇਆ ਘੜਾ ਸਿਰ ਤੇ ਜੋੜ ਦਿੱਤਾ, ਕਿਰਪਾ ਕਰੋ ਮਾਫ਼ੀ ਦੇ ਦਿਓ, ਅਵੱਗਿਆ ਹੋਈ ਹੈ ਸਾਤੋਂ, ਅੱਗੇ ਵਾਸਤੇ ਕਿਸੇ ਸਾਧੂ ਸੰਤ ਦੀ ਅਸੀਂ ਨਿਰਾਦਰੀ ਨਹੀਂ ਕਰਾਂਗੇ ਜਾਂ ਭਵਿੱਖ ਵਿੱਚ, ਇਹ ਘੜਾ ਲਾ ਦਿਓ ਜੀ। ਦੀਨ ਭਈ ਮਨ ਤੇ ਦੁੱਖ ਪਾਇਓ, ਮਨ ਕਰਕੇ ਜੋ ਦੁੱਖ ਪਾਇਆ, ਬੜੀ ਦੁਖੀ ਹੋਈ, ਨਾ ਕਰ ਹੈ ਅਬ ਹੇਲਨ ਸੰਤਨ, ਅੱਗੇ ਵਾਸਤੇ ਅਸੀਂ ਸਾਧੂਆਂ ਦਾ ਨਿਰਾਦਰ ਨਹੀਂ ਕਰਾਂਗੀਆਂ। ਪਾਵ ਹੈ ਆਨ ਜਿਤੀ ਹਮ ਥਾਇਓ, ਜਿੰਨੀਆਂ ਸਾਡੀਆਂ ਥਾਵਾਂ ਜਿੱਥੇ ਅਸੀਂ ਰਹਿੰਦੀਆਂ ਹਾਂ, ਉੱਥੇ ਸਾਧੂ ਦਾ ਇਹਦਾ ਸਤਿਕਾਰ ਕਰਾਂਗੀਆਂ। ਹੋ ਸਿਰ ਮੌਰ ਅਬੈ ਸਭ ਠੌਰ, ਆਪ ਜੀ ਸਾਰੇ ਥਾਵਾਂ ਤੇ ਸਾਰੇ ਫਕੀਰਾਂ ਨਾਲੋਂ ਸਰਮੌਰ ਸਰੋਮਣੀ ਹੋ, ਹੇ ਗੁਰੂ ਨਾਨਕ ਦੇਵ ਜੀ, ਸਮਾਨ ਨਾ ਔਰ ਤੁਸੀਂ ਗਤ ਦਾਇਓ, ਤੁਸੀਂ ਮੁਕਤੀ ਦਾਤੇ ਹੋ, ਤੁਹਾਡੇ ਸੁਦਰਸ ਹੋਰ ਕੋਈ ਨਹੀਂ। ਜੋ ਸੁਨ ਕਹਿ ਤਿਨ ਕੀ ਬੇਨਤੀ ਪਾਉਣਾ, ਜਦੋਂ ਇਹਨਾਂ ਦੀ ਤਹਿ ਦਿਲੋਂ ਬੇਨਤੀ ਸੁਣੀ ਮਹਾਰਾਜ ਜੀ ਨੇ, ਸ੍ਰੀ ਗੁਰੂ ਆਨੰਦ ਬੈਨ ਅਲਾਇਓ, ਸਤਿਗੁਰਾਂ ਨੇ ਮੁੱਖੋਂ ਬਚਨ ਕਹੇ ਖਾਲਸਾ ਜੀ, ਵਾਹਿਗੁਰੂ ਕਹਿ ਲਿਹੋ ਉਤਾਰ, ਆ ਬਚਨ ਕਹੇ ਤੁਸੀਂ ਆਪ ਹੀ ਸਾਨੂੰ ਮੰਤਰ ਦਿੰਦੇ ਆ, ਵਾਹਿਗੁਰੂ ਵਾਹਿਗੁਰੂ ਕਹਿ ਕੇ ਘੜੇ ਨੂੰ ਹੱਥ ਲਾ ਕੇ ਦੇਖੋ, ਜਦ ਹੀ ਲੈ ਜਾਵੇਗਾ। ਉੱਠੀ ਤਤਕਾਲਕ ਬਾਲ ਹਿਲਾਇਓ, ਇੱਕ ਇਸਤਰੀ ਛੇਤੀ ਦੇਣੇ ਉੱਠੀ, ਕਹਿ ਕੇ ਵਾਹਿਗੁਰੂ ਘੜਾ ਹਿਲਾ ਦਿੱਤਾ ਸਿਰ ਤੋਂ, ਨਾਮ ਉਚਾਰਤ ਹੀ ਉਤਰਾ ਘਟ, ਨਾਮ ਵਾਹਿਗੁਰੂ ਦਾ ਲਿਆ ਨੀ ਤੇ ਜੁੜਿਆ ਹੋਇਆ ਘੜਾ ਉਤਰਿਆ ਨਹੀਂ। ਪਿਆ ਚੰਬ ਸਬੈ ਔਰ ਪਾਇਓ, ਜਿੰਨੀ ਟੋਲੀ ਸੀ ਇਸਤਰੀਆਂ ਦੀ ਰਾਣੀ ਨੂਰ ਸ਼ਾਹ ਦੇ ਸਮੇਤ, ਸਾਰੀਆਂ ਹੈਰਾਨ ਪਰੇਸ਼ਾਨ ਹੋ ਗਈਆਂ। ਆਨ ਉਪਾਇਨ ਭੂਰ ਤਰੇ, ਲੱਗ ਗਈਆਂ ਭਾਵਨਾ ਦੇ ਨਾਲ ਭੇਟਾ ਰੱਖਣ ਮਹਾਰਾਜ ਦੇ ਮੂਹਰੇ, ਤਰ੍ਹਾਂ ਤਰ੍ਹਾਂ ਦੇ ਪਦਾਰਥ ਭੇਟਾ ਕੀਤੇ। ਮੁਕਤਾ ਸਭ ਹੀਰ ਤੇ ਚੀਰ ਮੰਗਾਇਓ, ਵਸਤਰ ਬਹੁਤ ਰੇਸ਼ਮੀ ਮੰਗਾਉਣਾ ਕੀਤੇ, ਇਸ ਤਰ੍ਹਾਂ ਮੋਤੀ ਹੀਰੇ ਲੱਗੇ ਭੇਟਾ ਹੋਣ। ਦੋਹਰਾ ਬਖਸ਼ ਹੋ ਲੀਜਾ ਭੇਟ ਕੋ, ਕੀ ਕਿਹਾ ਸਾਰੀਆਂ ਨੇ, ਸਾਡੀ ਭੇਟਾ ਸਵੀਕਾਰ ਕਰੋ ਮਹਾਰਾਜ, ਸਾਡਾ ਗੁਨਾਹ ਬਖਸ਼ ਦਿਓ। ਪੂਰਨ ਪੁਰਖ ਕਿਰਪਾਲ, ਆਪ ਪੂਰਨ ਪੁਰਖ ਹੋ, ਪੁਰਸ਼ਾਰਥ ਦੇ ਦੇਣ ਵਾਲੇ ਹੋ, ਕਿਰਪਾਲੂ ਹੋ। ਇਹ ਬਿਧ ਤਿੰਨ ਕੋ ਦੇਖ ਕੇ, ਉਹਨਾਂ ਦੀ ਨਿਮਰਤਾ ਨਾਲ ਬੇਨਤੀ ਸੁਣ ਕੇ, ਉਹਨਾਂ ਦਾ ਹਾਵ ਭਾਵ ਦੇਖ ਕੇ, ਬੋਲੇ ਬਚਨ ਰਸਾਲ, ਸੁੰਦਰ ਬਚਨ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਬੋਲੇ, ਸ੍ਰੀ ਮੁਖ ਵਾਕ ਭਾਈਮਾਨ ਮੁਖ ਵਾਕ ਉਚਾਰਦੇ ਹਨ, ਗੱਲੀ ਅਸੀਂ ਚੰਗੀਆ, ਜੋ ਉਹਨਾਂ ਨੇ ਬੇਨਤੀ ਕੀਤੀ ਉਹ ਬਾਣੀ ਦੇ ਵਿੱਚ ਗੁੰਥਨ ਕਰਦੇ ਹਨ ਮਹਾਰਾਜ, ਕਿ ਕਿਵੇਂ ਬੇਨਤੀ ਕੀਤੀ। ਹੇ ਮਹਾਰਾਜ, ਅਸੀਂ ਗੱਲੀ ਬਾਤੀ ਤੋਂ ਬਹੁਤ ਚੰਗੀਆਂ ਹਾਂ, ਇਹ ਸਾਡੀ ਵੀ ਕਿਉਂ ਗੁਰਬਾਣੀ ਹੈ ਜਿਹੜੀ ਤਿੰਨੇ ਕਾਲ ਹੀ ਇੱਕੋ ਜਿਹਾ ਉਪਦੇਸ਼ ਦਿੰਦੀ ਹੈ, ਇਹ ਪੁਰਾਣੀ ਨਹੀਂ ਹੋਈ, ਨਹੀਂ ਤਾਂ ਆਪਾਂ ਕਹਿ ਦਿੰਦੇ ਵੀ ਆਹ ਜਿਹੜਾ ਉਪਦੇਸ਼ ਸੀ ਉਸ ਸਮੇਂ ਸੀਗਾ, ਹੁਣ ਕੋਈ ਨਵਾਂ ਚਾਹੀਦਾ। ਲੇਕਿਨ ਗੁਰਬਾਣੀ ਆ ਜਿਹੜੀ ਖਾਲਸਾ ਜੀ, ਜਿਵੇਂ ਗੁਰੂ ਜਿਹੜਾ ਹੁੰਦਾ ਨਾ, ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਮਨਾਸੀ ਪੁਰਖ ਹੈ ਸਮੇ ਰਿਹਾ ਸਮਾਏ, ਨਾ ਉਹ ਬੁੱਢਾ ਨਾ ਉਹ ਬਾਲਾ, ਪਰਮੇਸ਼ਰ ਨਾ ਬੁੱਢਾ ਹੈ ਨਾ ਬਾਲਕ ਹੈ। ਆਪਾਂ ਤਾਂ ਇੱਕੋ ਇੱਕ ਰਸ ਨਹੀਂ ਰਹੇ, ਉਹ ਸਮਾਂ ਵੀ ਸੀ ਜਦੋਂ ਬਾਲਕ ਹੁੰਦਾ ਹੈ, ਉਹ ਸਮਾਂ ਹੁੰਦਾ ਤਾਂ ਜਵਾਨੀ ਆ ਜਾਂਦੀ ਹੈ,
ਉਹ ਸਮਾਂ ਬੁਢੇਪਾ ਆ ਜਾਂਦਾ ਹੈ, ਸਾਰੇ ਬਦਲਦੇ ਰਹਿੰਦੇ ਹਾਂ, ਲੇਕਿਨ ਵਾਹਿਗੁਰੂ ਨਹੀਂ ਬਦਲਦਾ ਹੈ, ਉਹ ਇੱਕ ਰਸ ਹੈ। ਗੁਰੂ ਵੀ ਸਤਸੰਗੀ ਪਰਮੇਸ਼ਵਰ ਦਾ ਰੂਪ ਹੋਇਆ ਕਰਦਾ ਹੈ। ਸੋ ਗੁਰੂ ਕਾ ਉਪਦੇਸ਼ ਵੀ ਕਦੇ ਪੁਰਾਣਾ ਨਹੀਂ ਹੋਇਆ। ਇਉਂ ਨਾ ਸਮਝ ਲਿਓ ਕਿ ਗੁਰਬਾਣੀ ਇੰਨੇ ਸੌ ਸਾਲ ਦੀ ਉਹਨਾਂ ਸਿੱਖਾਂ ਵਾਸਤੇ ਸੀ, ਇਹ ਹੁਣ ਸਾਨੂੰ ਕੋਈ ਉਪਦੇਸ਼ ਨਵਾਂ ਚਾਹੀਦਾ, ਕਾਢ ਕੱਢੀਏ। ਜਿਵੇਂ ਅੱਜ ਕੱਲ੍ਹ ਦੇ ਲੋਕ ਚਿੱਤਰ ਬਣ ਕੇ ਗੁਰਬਾਣੀ ਨੂੰ ਸਤਸੰਗ ਜੀ ਖੋਜਦੇ ਨੇ ਔਰ ਨਿਰਾਦਰ ਕਰੀ ਜਾਂਦੇ ਨੇ, ਪਾਪਾਂ ਦੇ ਭਾਗੀ ਬਣ ਰਹੇ ਹਨ, ਨਾਮ ਦੇ ਰੱਖੀਏ ਨਹੀਂ ਹਨ। ਆਪਣੀ ਚੰਚਲਤਾਈ ਦੇ ਪ੍ਰਭਾਵ ਦੇ ਨਾਲ ਕੁਝ ਵੀ ਖੱਟਣਗੇ ਨਹੀਂ। ਸੋ ਆਪ ਜੀ ਸਤਸੰਗ ਜੀ ਇਹ ਜਿਹੜੀ ਗੁਰਬਾਣੀ ਹੈ ਅੱਜ ਵੀ ਤਰੋ ਤਾਜ਼ਾ ਉਪਦੇਸ਼ ਹੈ, ਜਿਹੜਾ ਗ੍ਰਹਿਣ ਕਰੇਗਾ ਉਧਰ ਜਾਵੇਗਾ। ਗੱਲੀ ਅਸੀਂ ਚੰਗੀਆਂ, ਉਹਨਾਂ ਵੱਲੋਂ ਕੀ ਬੇਨਤੀ ਹੈ? ਇਹ ਮਹਾਰਾਜ ਗੱਲਾਂ ਬਾਤਾਂ ਨਾਲ ਅਸੀਂ ਬਹੁਤ ਚੰਗੀਆਂ ਹਾਂ, ਉਹੀ ਹਾਲਤ ਸਾਡੀ ਹੈ। ਗੱਲੀ ਹਸੋ ਹਾਗਣ ਭੈਣੇ, ਕੰਤ ਨਾ ਕਬੂ ਮੈਂ ਮਿਲਿਆ। ਗੱਲੀ ਬਾਤੀ ਤਾਂ ਮੈਂ ਬਹੁਤ ਸੁਹਾਗਣ ਹੈ, ਪਰ ਕੰਤ ਜੀ ਦੇ ਦਰਸ਼ਨ ਹੀ ਕਦੇ ਹੋਏ। ਇਸ ਤਰ੍ਹਾਂ ਗੱਲੀ ਬਾਤੀ ਤਾਂ ਬਾਣੀ ਵੀ ਕੰਠ ਕਰ ਲਈ, ਬਹੁਤ ਸਾਰੇ ਸਤਸੰਗ ਜੀ ਸੇਵਾ ਚ ਵੀ ਹਿੱਸਾ ਲੈ ਲਿਆ, ਪਰ ਇਸ ਦੇ ਫਲ ਨੂੰ ਨਾਸ਼ ਕਰ ਲਿਆ। ਕਿਵੇਂ? ਹਉਮੈ ਧਾਰ ਕੇ। ਹਉਮੈ ਕੈਸੀ ਜ਼ਹਿਰ ਹੈ, ਸੇਵਾ ਨੂੰ ਸਫਲ ਨਹੀਂ ਹੋਣ ਦਿੰਦੀ, ਸਿਮਰਨ ਨੂੰ ਸਫਲ ਨਹੀਂ ਹੋਣ ਦਿੱਤੀ। ਹਉਮੈ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹੋ ਨਾ ਹੈ, ਬੂਝੋ ਗਿਆਨੀ ਬੂਝਣਾ ਇਹ ਕੱਥ ਕਥਾ ਮਨ ਮਾਹੇ। ਤੋ ਸਤਸੰਗਤ ਜੀ ਗੱਲੀ ਬਾਤੀ ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਆ ਕਈਆਂ ਦਾ ਸੁਭਾਅ ਹੈ ਲੈ ਕੇ ਨਾ ਮਾੜਾ ਸਿਮਰਨ, ਨਾਲੇ ਤਾਂ ਗੱਪਾਂ ਮਾਰਦੇ ਰਹਿੰਦੇ ਆ ਇੱਕ ਦੂਜੇ ਨਾਲ ਗੱਲਾਂ, ਨਾਲੇ ਠਾ ਮਣਕਾ ਠਾ ਮਣਕਾ। ਜੇ ਕਹੀ ਦਾ ਹੱਥ ਜੋੜ ਕੇ ਭਾਈ ਤੂੰ ਗੱਪਾਂ ਮਾਰੀ ਜਾਂਦਾ, ਤੇਰੇ ਹੱਥ ਚ ਠਾ ਸਾਡੇ ਅੰਦਰ ਹੀ ਚੱਲਦਾ, ਕਹਿੰਦਾ ਇਹ ਸਿਮਰਨ ਸਾਡੇ ਅੰਦਰ ਚੱਲ ਰਿਹਾ, ਦੱਸੋ ਕੀ ਸਬੂਤ ਹੈ? ਇਸ ਕਰਕੇ ਗੁਰੂ ਘਰ ਕਿਸੇ ਧਰਮ ਦਾ ਵਿਰੋਧੀ ਨਹੀਂ, ਪਖੰਡ ਦਾ ਵਿਰੋਧੀ ਹੈ। ਆ ਇੱਥੇ ਕਈ ਸਾਲ ਹੋਏ, ਇੱਕ ਬੱਚੇ ਕੋਲੇ ਮਾੜਾ ਸਿਮਰਨ ਜਿਹੜਾ ਕੜੇ ਵਾਂਗੂ ਪਾ ਲੈਂਦੇ ਹੈ, ਉਹ ਵਿਚਾਰਾ ਬਾਲਕ ਸੀ, ਉਹਨੂੰ ਪੁੱਛਿਆ ਵੀ ਇਹਦੇ ਨਾਲ ਕੀ ਕਰਦਾ ਹੁੰਦਾ? ਕਹਿੰਦੇ ਇਹਦੇ ਨਾਲ ਕਰਦਾ ਮੈਂ ਕਢਮ 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 ਕਢਮ। ਉਹਨੂੰ ਵਿਚਾਰੇ ਨੂੰ ਵਾਹਿਗੁਰੂ ਨਾ ਕਹਿਣਾ ਆਵੇ, ਉਹ ਆਏ ਇਸ ਤਰ੍ਹਾਂ ਦਾ ਆਵਾਜ਼ ਦੇਵੇ। ਸੋ ਸਤਸੰਗਤ ਜੀ ਇਸ ਕਰਕੇ ਤਾਂ ਇਹ ਕਹਿ ਰਹੀਆਂ ਇਹਨਾਂ ਵੱਲੋਂ ਹੈ, ਗੱਲੀ ਅਸੀਂ ਚੰਗੀਆਂ, ਗੱਲਾਂ ਬਾਤਾਂ ਚ ਤਾਂ ਬਹੁਤ ਸਾਡੇ ਤੇਜ ਹੈ ਬੁੱਧੀ, ਆਚਾਰੀ ਬੁਰੀਆਂ। ਜਿਹੜੇ ਆਚਾਰ ਨੇ ਨਾ ਉਹ ਨਹੀਂ ਚੰਗੇ। ਕਹਿ ਕਿਉਂ ਨਹੀਂ ਚੰਗੇ? ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਇੰਦਰੀਆਂ ਸਾਡੀਆਂ ਸਹਿਤ ਬਲ ਦੇ ਹਨ, ਸਾਡੇ ਮਨ ਦੇ ਕੰਟਰੋਲ ਚ ਨਹੀਂ ਹਨ। ਨੇਤਰਾਂ ਨਾਲ ਦੇਖਦਾ ਹੈ ਵਿਕਾਰ ਦ੍ਰਿਸ਼ਟੀ ਨਾਲ, ਇੰਨੀ ਹਿੰਮਤ ਨਹੀਂ ਕਿ ਨੀਵੀਂ ਪਾ ਕੇ ਨੰਘ ਜਾਵਾਂ। ਕੰਨਾਂ ਨਾਲ ਨਿੰਦਾ ਚੁਗਲੀ ਸੁਣਦਾ ਹੈ, ਇੰਨੀ ਵਿਚਾਰ ਨਹੀਂ ਕਿ ਅਣਸੁਣਿਆ ਕਰ ਦੇਵਾਂ। ਇੰਦਰੀ ਸਬਲ ਨਿਵਲ ਵਿਵੇਕ ਬੁੱਧ ਕਿਉਂ ਨਹੀਂ ਤਾਕਤ ਹੈ ਇਹਦੇ ਵਿੱਚ ਇਹਨਾਂ ਨੂੰ ਰੋਕਣ ਦੀ? ਜਿਹੜੀ ਵਿਚਾਰ ਵਾਲੀ ਬੁੱਧੀ ਹੈ ਨਾ, ਉਹ ਨਿਵਲ ਬਲ ਤੋਂ ਹੀ ਨਹੀਂ ਹੈ। ਉਸ ਆਪਣੀ ਬੁੱਧੀ ਨੂੰ ਬਲ ਦੇਣ ਵਾਸਤੇ ਆਪਾਂ ਇੱਥੇ ਸੰਗਤ ਦੇ ਵਿੱਚ ਆਉਂਦੇ ਹਾਂ, ਬੇਨਤੀਆਂ ਕਰਦੇ ਹਾਂ, ਹੇ ਮਹਾਰਾਜ ਮੈਨੂੰ ਨਿਰਮਲ ਬਰਾਗ ਵਾਲੀ ਵਿਚਾਰਸ਼ਾਲੀ ਬੁੱਧੀ ਬਖਸ਼ ਦਿਓ, ਜਿਸ ਕਰਕੇ ਇਹ ਇੰਦਰੀਆਂ ਤੇ ਕੰਟਰੋਲ ਕਰ ਸਕੇ। ਸਤ ਸੰਗਤ ਜੀ ਤਾਂ ਇਹ ਕਹਿੰਦੀਆਂ ਇਹਨਾਂ ਵੱਲੋਂ ਹੈ, ਗੱਲੀ ਅਸੀਂ ਚੰਗੀਆਂ, ਗੱਲਾਂ ਬਾਤਾਂ ਨਾਲ ਤਾਂ ਬਹੁਤ ਸਭ ਦੀ ਤਸੱਲੀ ਹੋਣ ਕਰਨ ਨੂੰ ਤਿਆਰ ਹਾਂ, ਲੇਕਿਨ ਜਿਹੜੇ ਸਾਡੇ ਆਚਾਰ ਹਨ ਉਹ ਠੀਕ ਨਹੀਂ ਹਨ। ਮਨਹੋ ਕੁਸੁੱਧਾ ਕਾਲੀਆਂ। ਫਿਰ ਜੇ ਇਹੀ ਜੀ ਹਾਲਤ ਹੈ ਸਰੀਰ ਦੀ, ਮਨ ਕਰਕੇ ਵੀ ਅਪਵਿੱਤਰ ਹਨ, ਕਿਉਂ? ਕਾਲੀਆਂ ਹਨ, ਕਲੰਕ ਖੱਟੇ ਹੋਏ ਨੇ,
पतवरता नहीं हन। बाहर चिट बिया बाहर चिट बिया बारो बना बना बनाया होया शिंगार लाए हुए हन। इसे तरह असी भी बहुत बाने पाए तरह तरह दे लेकिन अंदर नहीं, अंदर साफ नहीं, अंदर बकारां दी मैल है। रीसा करे तनाड़िया लेकिन रीसा करे तनाड़िया रीसा उन्हां दियां कर दियां हां जो सेवा दर खड़िया जो अपने पति दी सेवा कर दियां होईयां उहदे दर ते खड़िया उहदी सेवा च हाजिर हन। असी उन्हां दी जे ब्रह्म ज्ञानी महात्मा करनी पूरे रीसा असी उन्हां दियां करदे हां लेकिन उन्हां वाली करनी नहीं है। कोई सत वाली सतसंगी लड़की सी ओह अगे घरां दे विच घाट कुटिया कर दे उखली च पा के मोहले दे नाल उहदा पति बेहड़े विच सुत्ता पिया ओह घाट कुट रही है बड़ा जाने सुते पे कई बारी आपां उहने सुते पे ने एकदम पानी मंगिया। वो ऐसी लड़की आग्याकार सी पति दी हर वेले सेवा च सावधान रहिंदी नाले घर दी किरत करदी। जिस वेले कहा पानी ओनू मोहला रखना भी भुल गया एकदम उठ के नठ के गिलास पानी दा लैण गई। वो मोहला निराधार ओहदे सत दे प्रताप नाल सीधा ही उखड़ी च खड़ा रह गया। गिलास पानी दा ले आई ओहदे चरणा वल खड़ गई। नींद बड़ी प्रबल हुंदी है वो फिर सुता रहा सोचदी है कि मेरे तो देर क्यों होगी पछताउंदी है मेरे पति ने पानी मंगिया सी मैं पूरी सेवा कर नहीं सकी। हुण जदों फिर आवाज देणगे मैं ना जगावां जदों उठ के आप ही आवाज देणगे मैं जदे ही पानी फड़ा देवांगी। पानी लई खड़ी है जद नू गुमांडन आ गई आके पड़ोसन कहंदी भैणे खड़ी है कहंदी पति ने पानी मंगया सी। फिर नींद आ गई मैं सफल नहीं हो सकी सेवा च मैं पानी बहुत छेती देना सीगा मैं पछताउंदी भी हां ते पानी लई भी खड़ी हां। कहंदी कोले हाथ तेरे उखड़ी विच मोहला किवें खड़ा है कहंदी मैनू तां ध्यान ही नहीं मोहले वल है मैं मोहला रखना भुल गई बाहर कढ के। कहंदी फिर इधर उधर देखदी है मोहला ऐन सीधा खड़ा क्यों खड़ा है वो बीबी दे सत दे बल नाल खड़ा है जिसने अपने पति दी सेवा दा हर वेले तत्पर ध्यान रखिया है। वो सोचदी है भी मैं भी खड़ा करके देख लवां मेरा भी कढ जू कि नहीं। घर गई पति नूं कहंदी अज तू आवेगा तां इत्थे मंजे ते सौं जी। वो कहंदा शुक्र है अज अगे तां मैनूं हर वेले टिकण नहीं दिंदी आता अखे कदे ही नहीं सी कहा रे भी अज सौं जा। बड़ा खुश होया भी इहनूं संगत कर ली होणी है किसे दी जिहड़ी मैनूं राम करन नूं कहंदी है। पा लिया पै गया बेचारा नींद तां आई नहीं पिया रहा हुक्म जो मनना सी आप घाट कुटन लग गई। अगे घाट ओहदे कोल कटवाउंदी सी घाट कुटनी कड़ा सकाली है डौले दुकण लग जांदे आ। कहिंदी पानी मंगी मेरे कोलों तू मैं देखूं भी मोहला खड़दा कि नहीं। ओनू तां मसां सौवां मिलिया पैण दा ओहने पानी की मंगना सी मौज दा घराड़े मारे सौं गया। ओ डीकदी है भी मैं घाट कुटदी आ भी पानी मंगे पानी ओने मंगया ही ना। वो घाट दे फक्के जे भी ओदे सिर ते नू मार दी आ भी जाग के कह दे भी पानी जद ना मंगया पानी ओदे बाहां दुखण लग गईयां ओने मोहला सिर च दाड़ देने मारिया। कहिंदी मैं सत वाली आ सत प्रतगण मेरे च नहीं कोई कमी एसी नहीं पानी मंगदा। उसे वेले सत संगत जी रौला पै गया पड़ोसन आ गई कहिंदे भैणे की हो गया कहिंदी होना की सी मेरा मोहला भी खड़ जाना सी मेरा पति नलायक पानी नहीं मंगया। तो साध संगत जी
ਤਾਂ ਆਪ ਜੀ ਇੱਥੇ ਕਿਹਾ ਹੈ ਰੀਸਾ ਕਰਹਿ ਤਿਨਾੜੀਆਂ, ਰੀਸਾ ਕਰਹਿ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਰੀਸਾਂ ਉਹਨਾਂ ਦੀਆਂ ਕਰਦੀਆਂ ਉਹ ਸਤਿਪੁਰਦਗੀ ਬੀਬੀ ਦੀਆਂ ਜਿਹੜੀਆਂ ਹਰ ਵੇਲੇ ਆਪਦੇ ਪਤੀ ਦੇ ਦਰ ਤੇ ਸਵੈਤ ਚਿੱਤ ਹੋ ਕੇ ਖੜ ਕੇ ਸੇਵਾ ਚ ਹਾਜ਼ਰ ਹਨ। ਇੱਧਰ ਸਤ ਸੰਗਤ ਜੀ ਕਿਵੇਂ ਖੜਨਾ ਹੈ, ਸਰੀਰ ਕਰਕੇ ਖੜੇ ਰਹਿਣਾ ਕੋਈ ਵੱਡੀ ਬਾਤ ਨਹੀਂ, ਆਪਣੇ ਮਨ ਨੂੰ ਖੜਾਉਣਾ ਹੈ ਸ਼ਬਦ ਦੇ ਆਸਰੇ। ਦੇਖੋ ਕੀਰਤਨ ਹੋਇਆ, ਕਥਾ ਕਰਦੇ ਹੈ, ਆਪਣੇ ਮਨ ਨੂੰ ਟਿਕਾਉਣਾ ਹੈ। ਇਹ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਪਣਾ ਅਸਲੀ ਖੜਨਾ ਹੈ। ਸਰੀਰ ਕਰਕੇ ਖੜੇ ਰਹੇ, ਮਨ ਬਾਹਰ ਨੱਠਿਆ ਫਿਰਦਾ ਰਿਹਾ, ਉਹਨਾਂ ਸਫਲਤਾ ਨਹੀਂ ਹੈ। ਜਿਹੜੇ ਗੁਰਮੁਖ ਨੇ ਉਹ ਭਾਈ ਮਨ ਨੂੰ ਇਕਾਗਰ ਕਰਦੇ ਹਨ ਸ਼ਬਦ ਦੇ ਆਸਰੇ, ਉਹਨਾਂ ਦਾ ਜਨਮ ਸਫਲ ਹੈ। ਉਹਨਾਂ ਗੁਰਮੁਖਾਂ ਦੀ ਰੀਸ ਡੰਬੀ ਪਖੰਡੀ ਕਿਵੇਂ ਕਰ ਸਕਦੇ ਹਨ ਸਾਧ ਸੰਗਤ ਜੀ, ਜਿਵੇਂ ਉਹ ਰੀਸਾਂ ਕਰਦੀ ਸੀ, ਉਹ ਪੁੱਜ ਨਹੀਂ ਸਕੀ ਉਹ ਸਤਿਪੁਰਤਗਣ ਬੀਬੀ ਦੇ ਮੁਕਾਬਲੇ ਤੇ। ਐਂ ਕਲਯੁਗ ਦੇ ਜਿਹੜੇ ਸਤ ਸੰਗਤ ਜੀ ਅਸੀਂ ਮਲੇਚ ਕਾਲ ਤੱਕ ਬਾਉਂਦੇ ਹਾਂ, ਅਸੀਂ ਉਹ ਪਹਿਲੇ ਗੁਰਮੁਖਾਂ ਗੁਰਸਿੱਖਾਂ ਦੀ ਉਹ ਬੰਦ ਬੰਦ ਕਟਵਾਉਣ ਵਾਲੇ, ਉਹ ਸਿਦਕ ਦੇ ਨੂੰ ਨਿਭਾਉਣ ਵਾਲੇ ਸਿੱਖੀ ਨੂੰ, ਉਹਨਾਂ ਦੇ ਤੁਲ ਆਪਾਂ ਨਹੀਂ ਹਾਂ। ਨਾਲ ਖਸਮੈ ਰੱਤੀਆਂ, ਜਿਹੜੀਆਂ ਆਪਣੇ ਖਸਮ ਪਤੀਆਂ ਦੇ ਨਾਲ ਰੱਤੀਆਂ ਪ੍ਰੇਮ ਕਰਦੀਆਂ ਹਨ। ਮਾਣ ਹੈ ਸੁਖ ਰਲੀਆ, ਉਹਨਾਂ ਨੂੰ ਭਾਈ ਰਲੀਆਂ ਖੁਸ਼ੀਆਂ ਤੇ ਸੁਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹ ਮਾਣਦੀਆਂ ਹਨ। ਉਹੀ ਅਸਲੀ ਸੁਖ ਮਾਣ ਸਕਦਾ ਜਿਹੜਾ ਆਪਣੇ ਗੁਰੂ ਇਸ਼ਟ ਦਾ ਧਿਆਨ ਧਾਰਦਾ ਹੈ। ਨਹੀਂ ਤਾਂ ਜਿਤਨੇ ਸਤ ਸੰਗਤ ਜੀ ਅੱਜ ਕੱਲ ਦੇ ਵਰਤਮਾਨ ਸਮੇਂ ਚ ਲੋਕ ਹਨ, ਉਹਨਾਂ ਨੂੰ ਭਰੋਸਾ ਨਹੀਂ ਹੈ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਸਭ ਨੀ ਪਾਸੀ ਤੁਰੇ ਫਿਰਦੇ ਹੈ। ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਭਰੋਸਾ ਨਹੀਂ ਹੈ। ਹੁੰਦਾ ਤਾਣ ਨਿਤਾਣੀਆਂ, ਉਹਨਾਂ ਦੇ ਗੁਰਮੁਖਾਂ ਸਖੀਆਂ ਦੇ ਕੈਸੇ ਲਕਸ਼ਣ ਹਨ। ਹੁੰਦਾ ਤਾਣ ਨਿਤਾਣੀਆਂ, ਗੁਰਮੁਖ ਗੁਰਸਿੱਖਾਂ ਚ ਤਾਣ ਬਲ ਹੈ ਪਰ ਨਹੀਂ ਵਰਤਦੇ ਨਹੀਂ। ਨਿਤਾਣੀਆਂ ਤਾਂ ਜਿਵੇਂ ਨਿਤਾਣਾ ਬੰਦਾ ਬਲ ਤੋਂ ਹੀਣਾ ਰਹਿੰਦਾ ਨਾ, ਬਲ ਹੁੰਦਿਆਂ ਫਿਰ ਵੀ ਉਹ ਨਿਮਰਤਾ ਭਾਵ ਧਾਰ ਕੇ ਆਪਣੇ ਬਲ ਦਾ ਅਯੋਗ ਪ੍ਰਯੋਗ ਨਹੀਂ ਕਰਦੇ, ਨਿਤਾਣੇ ਹੋ ਕੇ ਰਹਿੰਦੇ ਹਨ। ਰਹਿ ਨਿਮਾਨਣੀਆ, ਔਰ ਮਾਣ ਤੋਂ ਵੀ ਬਿਨਾਂ ਹਨ, ਗੁਣਾਂ ਦਾ ਮਾਣ ਨਹੀਂ ਹੈ, ਇਹ ਗੁਰਮੁਖ ਗੁਰਸਿੱਖ ਸਖੀਆਂ ਦੇ ਗੁਣ ਹਨ। ਨਾਨਕ ਜਨਮ ਸਕਾਰ ਥਾ, ਨਾਨਕ ਦੇਵ ਜੀ ਕਹਿੰਦੇ ਹੇ ਜਗਿਆਸੂ ਜਨਮ, ਹੇ ਨੂਰਸ਼ਾਹ ਆਦਿ ਕੇਸਰੀਆਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਨਾਨਕ ਜਨਮ ਸਕਾਰ ਥਾ, ਉਹਨਾਂ ਦਾ ਜਨਮ ਸਫਲਾ ਹੈ। ਜੇ ਤਿਨ ਕੈ ਸੰਗ ਮਿਲਾ, ਜੇ ਉਹਨਾਂ ਦੇ ਨਾਲ ਮਿਲਾਪ ਉਹਨਾਂ ਦੀ ਸੰਗਤ ਕਰੀਏ ਤਾਂ ਉਹਨਾਂ ਦਾ ਵੀ ਜਨਮ ਸਫਲਾ ਹੋ ਜਾਵੇ। ਜਿਵੇਂ ਉਹ ਪਤੀ ਨੂੰ ਧੱਕੇ ਨਾਲ ਹੀ ਪਾਉਂਦੀ ਸੀ, ਕਹਿੰਦੀ ਪੈਰ ਤੇ ਪਾਣੀ ਮੰਗੀ, ਉਹਨੂੰ ਨਾ ਹੁਕਮ ਕਰਦੀ, ਉਹ ਜਿਹੜੀ ਪੜੋਸਣ ਸੀ ਨਾ ਸੱਤ ਵਾਲੀ ਉਹਦੀ ਸੰਗਤ ਕਰਦੀ, ਫਿਰ ਖਾਲਸਾ ਜੀ ਉਹਦਾ ਵੀ ਜੀਵਨ ਉਹਦੇ ਵਰਗਾ ਹੀ ਹੋ ਜਾਂਦਾ। ਇਸ ਕਰਕੇ ਕਲਯੁਗ ਦਾ ਸਮਾਂ ਹੈ, ਗੁਰੂ ਕੀ ਸੰਗਤ ਬਿਨਾਂ ਆਪਣਾ ਜੀਵਨ ਕਦੇ ਵੀ ਸੱਚ ਨਹੀਂ ਸੁਧਰ ਨਹੀਂ ਸਕਦਾ ਹੈ। ਇੱਕ ਮੱਖੀ ਕਦੇ ਸਹਿਤ ਪੈਦਾ ਨਹੀਂ ਕਰ ਸਕਦੀ, ਜਦੋਂ ਬਹੁਤੀਆਂ ਸਾਰੀਆਂ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਉਹ ਸਹਿਤ ਪੈਦਾ ਕਰ ਲੈਂਦੀਆਂ ਨੇ। ਆਪਾਂ ਇੱਕ ਜਣਾ ਓਨਾ ਆਨੰਦ ਨਹੀਂ ਮਾਣ ਸਕਦਾ ਗੁਰਬਾਣੀ ਦਾ, ਜਦੋਂ ਆਪਾਂ ਭੈਣ ਭਾਈ ਸੰਗਤ ਦੇ ਰੂਪ ਚ ਇਕੱਤਰ ਹੋ ਜਾਂਦੇ ਹਾਂ। ਗੁਰਸਿੱਖੋ, ਉਹ ਗੁਰਬਾਣੀ ਦੇ ਆਸਰੇ ਜੋ ਗੁਰਸਿੱਖਾਂ ਨੂੰ ਆਨੰਦ ਤੇ ਅਨੁਭਵ ਹੁੰਦਾ ਹਿਰਦੇ ਦੇ ਅੰਦਰ, ਉਹ ਕਿਤੇ ਵੀ ਪ੍ਰਾਪਤ ਨਹੀਂ ਹੈ। ਸੋ ਹਮੇਸ਼ਾ ਵਾਸਤੇ ਗੁਰਸਿੱਖ ਸੰਗਤਾਂ ਦੀ ਸੰਗਤ ਕਰਨੀ ਚਾਹੀਏ, ਤਦੇ ਹੀ ਜਨਮ ਦੀ ਸਫਲਤਾ ਹੈ। ਦੋਹਰਾ ਆਪਾ ਖੋਵਨ ਕੇ ਸ਼ਬਦ, ਇਹ ਸ਼ਬਦ ਉਪਦੇਸ਼ ਵਿੱਚ ਕੀ ਸਿਧਾਂਤ ਹੈ? ਆਪਾ ਖੋਵਨ, ਮੈਂ ਨਹੀਂ ਕੁਛ ਹੋ ਨਹੀਂ ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਆਪਾ ਭਾਵ ਹੰਕਾਰ, ਇਹਨੂੰ
निवृत करन दा उपदेश महाराज ने दिता और कहे गुर ताहे और भी सतगुरां ने उपदेश दिता इन्हां नूं सुन कर और बैराग पा ऐसी अमृतमयी बाणी सुन के ਉਹ ਜਿਹੜੀਆਂ ਕੁਚੱਜੀਆਂ ਸੀ ਨਾ ਉਹਨਾਂ ਦੇ ਮਨਾਂ ਚ ਵਿਰਾਗ ਪੈਦਾ ਕਰ ਦਿੱਤਾ ਮਹਾਰਾਜ ਜੀ ਨੇ ਨੂਰ ਸ਼ਾਹ ਵਰਗੀਆਂ ਇਸਤਰੀਆਂ ਦੇ ਦੇਨ ਭਈ ਬਚ ਪ੍ਰਾਹੇ ਉਸ ਵੇਲੇ ਬਹੁਤ ਹੀ ਭੈ ਭਾਵਨਾ ਦੇ ਸਹਿਤ ਇਕੱਠੀਆਂ ਹੋ ਕੇ ਮਹਾਰਾਜ ਨੂੰ ਬੇਨਤੀ ਲੱਗੀਆਂ ਕਰਨ ਸਵਈਆ ਪਸ਼ਚਾਤ ਕਰੀ ਅਵਗਿਆ ਬਖਸ਼ੋ ਹੇ ਗੁਰੂ ਨਾਨਕ ਦੇਵ ਸਾਹਿਬ ਜੀ ਸਾਡੇ ਤੇ ਤਰਸ ਕਰੋ ਪਿੱਛੇ ਜੋ ਤੁਹਾਡਾ ਨਿਰਾਦਰ ਕੀਤਾ ਹੈ ਸਾਡੀ ਭੁੱਲ ਮਾਫ ਕਰ ਦਿਓ ਆਪ ਭੂ ਵਿਚਰੋ ਤੁਮ ਜੀ ਪਰ ਸਵਾਰਥ ਹੁਣ ਸਾਨੂੰ ਅਬ ਤੇ ਪਸਰਾਮ ਲਾ ਦਿਓ ਪਹਿਲਾਂ ਪਸ਼ਚਾਤ ਕਰੀ ਅਵਗਿਆ ਬਖਸ਼ੋ ਅਬ ਹੁਣ ਅਸੀਂ ਤੁਹਾਡੇ ਚਰਨਾਂ ਚ ਹਾਂ ਹੁਣ ਤੋਂ ਪਹਿਲਾਂ ਪਹਿਲਾਂ ਜਿਹੜੀ ਅਸੀਂ ਗਲਤੀ ਕਰ ਲਈ ਉਹ ਸਾਨੂੰ ਬਖਸ਼ ਦਿਓ ਭੂ ਵਿਚਰੋ ਤੁਮ ਜੀ ਪਰ ਸਵਾਰਥ ਆਪ ਜੀ ਪਰਾਏ ਦੇ ਭਲੇ ਵਾਸਤੇ ਸਵੈ ਪ੍ਰਯੋਜਨ ਵਾਸਤੇ ਨਹੀਂ ਪਰਾਏ ਜੀਵਾਂ ਦੇ ਭਲੇ ਵਾਸਤੇ ਤੁਸੀਂ ਧਰਤੀ ਤੇ ਵਿਚਰਦੇ ਹੋ ਜਬ ਲੋ ਨਾ ਭੇਵ ਲਖਿਓ ਤਬ ਲੋ ਦੁੱਖ ਇਹ ਗੁਰੂ ਨਾਨਕ ਦੇਵ ਜੀ ਜਿੰਨਾ ਚਿਰ ਅਸੀਂ ਤੁਹਾਡਾ ਭੇਤ ਨਹੀਂ ਸੀ ਪਾਇਆ ਓਨਾ ਚਿਰ ਅਸੀਂ ਥੋਤੋਂ ਵਿਪਰਜੇ ਉਲਟ ਹੋ ਕੇ ਦੁੱਖ ਪਾਇਆ ਇਸਤਰੀ ਨੇ ਵੀ ਦੁੱਖ ਪਾਇਆ ਘੜਾ ਜੁੜਿਆ ਰਿਹਾ ਭੇਵ ਲਖਿਓ ਕਰੀਏ ਕਿਰਤਾਰਥ ਹੁਣ ਮਹਾਰਾਜ ਤੁਹਾਡਾ ਪ੍ਰਤਾਪ ਜਾਣ ਲਿਆ ਹੈ ਗੁਰੂ ਨਾਨਕ ਦੇਵ ਜੀ ਸਾਨੂੰ ਸਫਲ ਕਰ ਦਿਓ ਜੀਵਨ ਨੂੰ ਸਾਡੇ ਨੂੰ ਪਦ ਪੈ ਬਲਿਹਾਰ ਮਹੋਰ ਮਹੂ ਤੋਂ ਵਾਰ ਵਾਰ ਤੁਹਾਡੇ ਚਰਨਾਂ ਤੋਂ ਅਸੀਂ ਬਲਿਹਾਰ ਜਾਂਦੀਆਂ ਤਬ ਮੂਰਤ ਦ੍ਰਿਸ਼ਟੀ ਅਗਾਤ ਪਦਾਰਥ ਆਪ ਜੀ ਦੀ ਅੰਮ੍ਰਿਤ ਪਈ ਦ੍ਰਿਸ਼ਟੀ ਹੈ ਇਸ ਤੁਹਾਡੀ ਦ੍ਰਿਸ਼ਟੀ ਦੇ ਸਾਹਮਣੇ ਜੋ ਵੀ ਆ ਗਿਆ ਉਹਨਾਂ ਦੀਆਂ ਪਦਾਰਥਾਂ ਨਾਲ ਝੋੜੀਆਂ ਭਰ ਦਿੱਤੀਆਂ ਤੁਸੀਂ ਸਾਡੇ ਵੱਲੋਂ ਭੇਟਾ ਪਦਾਰਥ ਤੁਹਾਡੇ ਚਰਨਾਂ ਚ ਹਾਜ਼ਰ ਹਨ ਕਰਨਾ ਕਰ ਲਿਓ ਉਪਾਇਨ ਕੋ ਕਿਰਪਾ ਕਰਕੇ ਸਾਡੀ ਭੇਟਾ ਪ੍ਰਵਾਨ ਕਰ ਲੋ ਸਿੱਖ ਦੇਹੋ ਗਈ ਬੈਪਾਚ ਅਕਾਰਥ ਸਾਨੂੰ ਅੱਗੇ ਵਾਸਤੇ ਭਉ ਭਗਤੀ ਦੀ ਸਿੱਖਿਆ ਦੇ ਦਿਓ ਸਾਡੀ ਜਿਹੜੀ ਪਿੱਛੇ ਉਮਰ ਲੰਘ ਗਈ ਨਾ ਉਹ ਨਿਸਫਲ ਲੰਘ ਗਈ ਅਸੀਂ ਪਛਤਾਉਂਦੀਆਂ ਹਾਂ ਕਬਿਤ ਐਸੇ ਜਬ ਦੀਨ ਐਸੇ ਜਬ ਭਈ ਦੀਨ ਜਦੋਂ ਮੈਂ ਇੱਛਾ ਭੈ ਸੰਯੁਕਤ ਹੋਈਆਂ ਪਾਹੁਲ ਪਦਨ ਦੀਨ ਮਹਾਰਾਜ ਨੇ ਗੁਰਸਿੱਖੋ ਉਦੋਂ ਕੀ ਨੌ ਪਾਤਸ਼ਾਹੀ ਤੱਕ ਗੁਰੂ ਆਪਣੇ ਘਰ ਵਿੱਚ ਇਹ ਮਰਜ਼ਾਦਾ ਰਹੀ ਗੁਰੂ ਕੇ ਚਰਨ ਧੋ ਕੇ ਆਪਾਂ ਨੂੰ ਪਿਉਂਦੇ ਹੁੰਦੇ ਸੀ ਆਪਾਂ ਤਾਂ ਸਿੱਖ ਬਣਦੇ ਸੀ ਗਿਆਰਾਂ ਵਾਰੀ ਗੁਰਮੰਤਰ ਤੇ ਮੂਲ ਮੰਤਰ ਦ੍ਰਿੜ ਕਰਾਉਂਦੇ ਸੀ ਕਹਿੰਦੇ ਸੀ ਇਹ ਗਿਆਰਾਂ ਗੇੜੀਆ ਸਿੱਖ ਹੈ ਐਸੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੋ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਖੰਡੇ ਦਾ ਅੰਮ੍ਰਿਤ ਛਕ ਕੇ ਛਕਾ ਕੇ ਆਪਾਂ ਨੂੰ ਸਤਸੰਗਤ ਜੀ ਸਦਾ ਵਾਸਤੇ ਬਖਸ਼ਿਸ਼ਾਂ ਕਰ ਦਿੱਤੀਆਂ ਸਨ ਸੋ ਸਤਿਗੁਰੂ ਜੀ ਨੇ ਇਹਨਾਂ ਨੂੰ ਚਰਨ ਘੌਲ ਦਿੱਤੀ ਗੁਰੂ ਸਿੱਖੇ ਰੇਤ ਕੀ ਨਾ ਨਾਲ ਹੀ ਸਿੱਖਿਆ ਦਿੱਤੀ ਜੋ ਭਉ ਭਗਤੀ ਦੀ ਗੁਰਸਿੱਖੀ ਦੀ ਰੋਹ ਰੀਤੀ ਹੈ ਮੁਕਤ ਨਿਧਾਨ ਕੇ ਕੈਸੀ ਸਿੱਖਿਆ ਗੁਰੂ ਕਰਦੀ ਹੈ ਜੋ ਮੁਕਤੀ ਦਾ ਖਜ਼ਾਨਾ ਪ੍ਰਾਪਤ ਹੋ ਜਾਵੇ ਬੰਦੀ ਧਰਮਸਾਲ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਐਵੇਂ ਭਾਈ ਗੁਰਦਾਸ ਨੇ ਨਹੀਂ ਇਹ ਪੌੜੀ ਲਿਖੀ ਹੈ ਜਿੱਥੇ ਜਿੱਥੇ ਵੀ ਕਲਯੁਗ ਦੇ ਪ੍ਰਗਟ ਹੋ ਕੇ ਗੁਰੂ ਨਾਨਕ ਦੇਵ ਜੀ ਨੇ ਚੱਕਰ ਲਾਏ ਥਾਂ ਥਾਂ ਤੇ ਧਰਮਸ਼ਾਲਾ ਕਾਇਮ ਕਰ ਦਿੱਤੀਆਂ ਉਹਨਾਂ ਦੇ ਵਿੱਚ ਲੰਗਰ ਦੇ ਪ੍ਰਵਾਹ ਚਲਾ ਦਿੱਤੇ ਕੀਰਤਨ ਭਗਤੀ ਦੇ ਪ੍ਰਵਾਹ ਚਲਾ ਦਿੱਤੇ ਤੇ ਬੁੱਲੇ ਵਰਗਿਆਂ ਨੂੰ ਵੀ ਕਹਿਣਾ ਪਿਆ ਕਹਿੰਦੇ ਬੁੱਲਿਆ ਕਿੱਥੇ ਖੁਸ਼ ਰਹਿਣਾ ਕਹਿੰਦਾ ਕੀ ਪੁੱਛਦੇ ਹੋ ਇੱਟ ਖੜੱਕੇ ਦੁੱਪੜ ਵੱਜੇ ਤਪਦਾ ਰਹੇ ਚੁੱਲ੍ਹਾ ਆਈ ਸੰਗਤ ਛਕ ਛਕ ਜਾਵੇ ਰਾਜੀ ਰਹੇ ਬੁੱਲਾ ਉੱਥੇ ਕਹਿੰਦਾ ਮੈਂ ਬਹੁਤ ਖੁਸ਼ ਰਹਿਣਾ ਇੱਟ ਖੜਕਦੀ ਰਹੇ ਇਕੱਠੇ ਹੋ ਕੇ ਮਿਸਤਰੀ ਗੁਰੂ ਕੇ ਸਥਾਨ ਬਣਾਉਂਦੇ ਰਹਿਣ ਦੁੱਪੜ ਵੱਜੇ ਆ ਜੋੜੀਆਂ ਵੱਜਦੀਆਂ ਰਹਿਣ ਕੀਰਤਨ ਦਾ ਰਸ ਸੰਗਤਾਂ ਮਾਣਦੀਆਂ ਰਹਿਣ ਨਾਲ ਹੀ ਉਹ ਭਗਤਾਂ ਨੇ ਧਾਹਾਂ ਮਾਰੀਆਂ ਭੁੱਖੇ ਭਗਤ ਨਾ ਕੀਜੈ ਜਾਂ ਮਾਲਾ ਆਪਣੀ ਲੀਜੈ ਜਦੇ ਹੀ ਮਾਲਾ ਚੱਕ ਕੇ ਮਾਰਦੇ ਸਭ ਨੂੰ ਪੇਟ ਲੱਗਿਆ ਹੋਇਆ ਹੈ
ਇਹਦੀ ਤ੍ਰਿਪਤੀ ਵਾਸਤੇ ਲੰਗਰ ਵੀ ਚੱਲਣ। ਜਿਹੜਾ ਇਹੋ ਜਿਹਾ ਸਥਾਨ ਹੈ ਉਸ ਥਾਂ ਤੇ ਬੁੱਲਾ ਕਹਿੰਦਾ ਮੈਂ ਬਹੁਤ ਖੁਸ਼ ਰਹਿਣਾ ਹਾਂ। ਸੋ ਇਹ ਜਿਹਾ ਇੱਕ ਥਾਂ ਨਹੀਂ, ਸਾਰੀ ਦੁਨੀਆਂ ਦੇ ਉੱਤੇ ਇਹੋ ਜਿਹੇ ਥਾਂ ਗੁਰੂ ਨਾਨਕ ਦੇਵ ਜੀ ਨੇ ਸੁਸ਼ੋਭਿਤ ਕਰ ਦਿੱਤੇ, ਲੰਗਰ ਚਲਾ ਦਿੱਤੇ ਥਾਂ 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 ਤੇ, ਸਿਮਰਨ ਭਜਨ ਦੇ ਲੰਗਰ ਲਾ ਦਿੱਤੇ ਮਨ ਦੀ ਤ੍ਰਿਪਤੀ ਵਾਸਤੇ। ਆਹ ਲੰਗਰ ਹੈ ਜਿੱਥੇ ਆਪਾਂ ਬੈਠੇ ਹਾਂ, ਪੇਟ ਦੀ ਤ੍ਰਿਪਤੀ ਵਾਸਤੇ ਥੱਲੇ ਸਤਸੰਗੀ ਪ੍ਰਤੱਖ ਲੰਗਰ ਸਜ ਰਹੇ ਨੇ। ਇਹ ਕਿਹਦਾ ਪ੍ਰਤਾਪ ਹੈ? ਇਹ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਅੰਦਰ ਸਤਯੁਗ ਵਰਤਾਇਆ ਹੈ। ਉਪਦੇਸ਼ ਦੇ ਕਿਰਪਾਲ ਗੁਰ, ਕਿਰਪਾਲੂ ਸਤਗੁਰਾਂ ਨੇ ਉਪਦੇਸ਼ ਦੇ ਕੇ ਇਹਨਾਂ ਨੂੰ ਕੀਰਤ ਵਿਸਾਲ ਹਰ ਹਰੀ ਪਰਮੇਸ਼ਰ ਦੀ ਮਹਿਮਾ ਕਰਵਾਈ ਹੈ, ਆਪ ਦੀ ਨਹੀਂ। ਰੀਤ ਕਿੰਨੀ ਰੀਤ ਗਾਣ ਕੀ, ਅੱਗੇ ਵਾਸਤੇ ਕੀਰਤਨ ਗਾਉਣ ਦੀ ਰੋਹ ਰੀਤੀ ਮਰਜ਼ਾਦਾ ਤੋਰ ਦਿੱਤੀ। ਸਿੱਖ ਸੰਤ ਆਏ ਨਾਲੇ ਕਹਿ ਦਿੱਤਾ ਕਿ ਉਹ ਵੀ ਗੁਰੂ ਕਾ ਸਿੱਖ, ਕੋਈ ਸੰਤ ਭਗਤ ਤੁਹਾਡੇ ਰਾਜ ਵਿੱਚ ਆਵੇ ਉਹਨੂੰ ਸਾਡੇ ਮਰਦਾਨੇ ਵਾਂਗੂ ਭੇਡੂ ਨਾ ਬਣਾ ਦਿਆ ਕਰੋ, ਉਹਦੀ ਸੇਵਾ ਕਰਨੀ ਅੱਗੇ ਵਾਸਤੇ। ਤਾਪੈ ਮੰਤਰ ਨਾ ਚਲਾਏ ਨਿਜ, ਮੰਤਰ ਜੰਤਰ ਨਾ ਉਹਦੇ ਉੱਤੇ ਤੋਰਿਓ ਤੁਸੀਂ, ਟਹਿਲ ਬਣਾਏ ਉਹਦੀ ਸੇਵਾ ਕਰਨੀ ਹੈ ਆਏ ਦੀ। ਕੀਜੈ ਟਹਿਲ ਬਣਾਏ ਕੀਜੈ ਛੋਰ ਰੀਤ ਮਾਨ ਕੇ, ਹੰਕਾਰ ਵਾਲੀ ਰੋਹ ਰੀਤੀ ਛੱਡ ਕੇ ਨਿਮਰਤਾ ਧਾਰ ਕੇ ਸੇਵਾ ਕਰਿਓ। ਵਾਹਿਗੁਰੂ ਜਪੋ ਮੁਖ, ਮੁਖ ਵਾਹਿਗੁਰੂ ਦਾ ਜਾਪ ਜਪਣਾ, ਜਾਹੇ ਭਾਵ ਜੰਨਿਆ ਦੁੱਖ, ਸੰਸਾਰ ਦੇ ਉੱਤੇ ਅਗਿਆਨ ਜਨ ਦੁੱਖ ਹਨ, ਜੰਮਣ ਮਰਨ ਦੇ ਸਾਰੇ ਤੁਹਾਡੇ ਚੱਕੇ ਜਾਣਗੇ। ਦੇਤ ਸੁਖ ਰੀਤ ਜਿਉ, ਜੋ ਸੁਖਾਂ ਦੀ ਰੋਹ ਰੀਤੀ ਹੈ ਜਿਹੜੀ ਉਹ ਮਰਜ਼ਾਦਾ ਤੋਰ ਦਿਓ। ਸੰਤੋਖ ਸਿੰਘ ਭਾਨ ਕੀ, ਕਿਵੇਂ ਰੀਤੀ ਹੈ? ਸੂਰਜ ਵਾਲੀ ਹੈ, ਜਿਵੇਂ ਸੂਰਜ ਚੜ੍ਹਦਾ ਹੈ ਸਾਰਾ ਦਿਨ ਪ੍ਰਕਾਸ਼ ਕਰਦਾ ਹੈ, ਸਭ ਨੂੰ ਸੁਖ ਦਿੰਦਾ ਹੈ, ਐ ਹਰ ਇੱਕ ਨੂੰ ਗਿਆਨ ਦੀ ਬਖਸ਼ਿਸ਼ ਕਰਨੀ ਹੈ। ਦੋਹਰਾ ਕੇਤਕ ਬਾਸਰ ਰਹਿ ਤਹਾ, ਕਿਤਨੇ ਕ ਦਿਨ ਮਹਾਰਾਜ ਜੀ ਉੱਥੇ ਰਹਿ ਕੇ ਧਰਮ ਦ੍ਰਿੜਾਇਓ ਦੇਸ਼, ਸਾਰੇ ਜਿੱਥੇ ਤ੍ਰਿਆ ਰਾਜ ਸੀ ਧਰਮ ਦ੍ਰਿੜ ਕਰਵਾ ਦਿੱਤਾ। ਪਰਮ ਪ੍ਰੇਮ ਕਰ ਸਿੱਖ ਭਈ, ਬਹੁਤ ਪ੍ਰੇਮ ਧਾਰ ਕੇ ਇਹ ਸਿੱਖਣੀਆਂ ਬਣ ਗਈਆਂ, ਗੁਰੂ ਘਰ ਦੀ ਸੇਵਕ ਦਾਸੀਆਂ ਬਣੀਆਂ। ਭਜਤ ਨਾਮ ਜਗਤੇਸ਼, ਜਗਤ ਦਾ ਈਸ਼ਵਰ ਗੁਰੂ ਨਾਨਕ ਦੇਵ ਸਾਹਿਬ ਜੀ ਜਿਹੜਾ ਆਪਣੇ ਨਾਮ ਦੀ ਬਖਸ਼ਿਸ਼ ਕੀਤੀ, ਇਹਨਾਂ ਨੇ ਸਾਰੀ ਜ਼ਿੰਦਗੀ ਜਪਿਆ ਔਰ ਕਿਰਤ ਕਿਰਤ ਹੋ ਗਈਆਂ। ਤੋ ਸਤਸੰਗ ਜੀ ਇੱਥੇ ਵਿਸਰਾਮ ਦਿੰਦੇ ਆ, ਇਤਿਹਾਸ ਸੰਪੂਰਨ ਹੋਇਆ। ਇਹ ਹੈ ਪ੍ਰਤਾਪ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਜਿੱਥੇ ਜਿੱਥੇ ਵੀ ਆਪ ਜੀ ਨੇ ਚਰਨ ਪਾਏ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਇਹ ਸਾਖੀਆਂ ਇਹ ਕਥਾ ਜੇ ਆਪਾਂ ਨਹੀਂ ਵਿਚਾਰਾਂਗੇ ਕੋਈ ਹੋਰ ਬਾਹਰੋਂ ਆ ਕੇ ਵਿਚਾਰੇਗਾ? ਇਹ ਹੈ ਭਉ ਭਗਤੀ ਦੀਆਂ ਜੁਗਤੀਆਂ। ਕਦੇ ਵੀ ਸੰਗਤ ਤੋਂ ਸਤ ਸੰਗਤ ਜੀ ਪਰੇ ਨਾ ਹੋਵੇ, ਸੰਗਤ ਦੇ ਜਿੰਨਾ ਚਿਰ ਜ਼ਿੰਦਗੀ ਬਤੀਤ ਹੋਊ ਉਹ ਆਦਮੀ ਕਿਰਤ ਕਿਰਤ ਹੋ ਜਾਵੇਗਾ। ਭੁੱਲਾਂ ਚੁੱਕਾਂ ਸਤ ਸੰਗਤ ਜੀ ਮਾਫ਼ ਕਰਨੀਆਂ, ਇੱਥੇ ਹੀ ਵਿਸਰਾਮ ਦਿੰਦਾ ਹਾਂ।